ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸੂਬੇ ਪਰਚੋਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ 'ਚ ਸਵੇਰੇ 8 ਵਜੇ ਤੋਂ ਹੀ ਵੋਟਰਾਂ 'ਚ ਇਹਨਾਂ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਫਿਰੋਜ਼ਪੁਰ ਕੱਲ੍ਹ ਖੁਰਦ ਮਮਦੋੜ ਦੇ ਜ਼ਿਲ੍ਹਾ ਪਰਿਸ਼ਦ ਦੇ 4 ਜ਼ੋਨ ਅਤੇ ਬਲਾਕ ਸਮਿਤੀ ਦੀ 3 ਜ਼ੋਨ 'ਤੇ ਚੋਣਾਂ ਹੋ ਰਹੀਆਂ ਹਨ। ਵੋਟਾਂ ਪਾਉਣ ਆਏ ਵੋਟਰਾਂ ਨਾਲ ਜਦੋਂ ਇਹਨਾਂ ਚੋਣਾਂ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਵੋਟ ਦੇ ਅਧਿਕਾਰ ਦਾ ਸਾਰੇ ਲੋਕਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਬਲਾਕ ਸਮਿਤੀ ਦੇ ਚੁਣਾਵ ਹੈ ਜੀ, ਬਹੁਤ ਖੁਸ਼ੀ ਹੁੰਦੀ ਵੋਟ ਪਾ ਕੇ ਆਪਾਂ ਨੂੰ, ਅਤੇ ਮੈਂ ਸਾਰਿਆਂ ਨੂੰ ਬੇਨਤੀ ਹੈ ਵੋਟ ਪਾਓ ਆਪਣੀ, ਜਿਹੜਾ ਹੱਕ ਵੋਟ ਪਾਉਣਾ ਔਖਾ ਜੀ ਆਪਣਾ। ਤੁਹਾਡੇ ਕੋਲ ਚੱਲਿਆ ਨਹੀਂ ਜ਼ਿਆਦਾ, ਵੀਲ ਚੇਅਰ 'ਤੇ ਆ ਰਹੇ ਹੋ, ਇੰਨਾ ਔਖਾ ਹੋ ਕੇ ਵੀ ਵੋਟ ਪਾ ਰਹੇ ਹੋ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਸ ਇਹ ਵੀ ਆਪਣਾ ਜਿਹੜਾ ਵੋਟ ਪਾਉਣ ਦਾ ਹੱਕ ਆਪਣਾ, ਵੀ ਸਾਰਿਆਂ ਨੂੰ ਮੈਸੇਜ ਹੈ ਵੀ ਆਪਣੀ ਵੋਟ ਪਾਉਣਾ ਜ਼ਰੂਰੀ ਹੈ ਸਾਰਿਆਂ ਨੂੰ, ਆਪਣਾ ਵੋਟ ਪਾਓ ਆਪਣਾ, ਬਸ ਜੋ ਵੀ ਆਪਣਾ ਬਣਦਾ। ਮੰਡੋਟ ਥਾਣੇ ਦੇ ਜੋਧਪੁਰ ਜ਼ੋਨ ਦੇ ਵਿੱਚ ਅਸੀਂ ਸਕੂਲ ਜਿੱਥੇ ਜਿੱਥੇ ਵੋਟਿੰਗ ਹੋ ਰਹੀ ਹੈ ਚੈੱਕ ਕਰ ਰਹੇ ਹਾਂ, ਔਰ ਸਾਰੀ ਜਗ੍ਹਾ ਜਿੱਥੇ ਤੱਕ ਹੁਣ ਤੱਕ ਚੈੱਕ ਕੀਤਾ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਬੜੀ ਸਮੂਥਲੀ ਚੱਲ ਰਹੀ ਹੈ। ਅਤੇ ਇੱਦਾਂ ਮੁਲਾਜ਼ਮਾਂ ਨੂੰ ਕਿਹਾ ਕਿ ਅੱਛੇ ਤਰੀਕੇ ਨਾਲ ਪੀਸਫੁਲੀ ਜਿਹੜੀ ਆ ਇਹ ਕਰਵਾਉਣ ਵਿੱਚ ਜੋ ਵੀ ਕੋਸ਼ਿਸ਼ ਕਰਨ, ਅਤੇ ਲੋਕਾਂ ਨੂੰ ਵੀ ਬਾਹਰ ਅਸੀਂ ਸਹਿਯੋਗ ਵਾਸਤੇ ਅਪੀਲ ਕੀਤੀ ਹੈ ਕਿ ਜਿਹੜਾ ਜੋ ਨੋਰਮ ਆ ਇਲੈਕਸ਼ਨ ਕਮਿਸ਼ਨ ਦੇ ਉਹਦੇ ਅਕੋਰਡਿੰਗਲੀ ਉਹ ਸਹਿਯੋਗ ਦੇਣ। ਸ਼ਰਾਰਤੀ ਅੰਸਰ ਕੋਈ ਸਿਰ ਚੁੱਕਦਾ ਤਾਂ ਕਿਵੇਂ ਨਜਿੱਠਿਆ ਜਾਏਗਾ? ਨਹੀਂ, ਜੋ ਸ਼ਰਾਰਤੀ ਅੰਸਰ ਹੈ ਜੇ ਉਹ ਸਖਤੀ ਨਾਲ ਤਾਂ ਨਜਿੱਠਿਆ ਜਾਊਗਾ, ਇਲੈਕਸ਼ਨ ਸਮੂਥ ਕਰਾਉਣ ਵਾਸਤੇ ਜੋ ਵੀ ਕਰਨਾ ਕਰਨਾ ਹੋਵੇ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।